ਕਮੀਆਂ ਤੁਸੀਂ ਕਿਹਾ ਰਹਿ ਗਈਆਂ ਹੋਣਗੀਆਂ, ਪਰ ਜ਼ਾਹਿਰ ਤੌਰ ਤੇ ਬਹੁਤ ਜ਼ਿਆਦਾ ਕਮੀਆਂ ਲੋਕਾਂ ਨੇ ਤੁਹਾਡੇ 'ਚ ਦੇਖ ਲਈਆਂ ਕਿ ਸਿਰਫ 18 ਸੀਟਾਂ ਹੈ, ਇਹ ਤੋਂ ਬਿਨਾਂ ਪਿਛਲੀ ਤੁਹਾਡੀ ਸਰਕਾਰ ਬਣਦੀ ਆਮ ਆਦਮੀ ਪਾਰਟੀ 20 ਸੀਟਾਂ ਲੈ ਕੇ ਜਾਂਦੀ ਆ, ਤੁਹਾਨੂੰ ਸਿਰਫ 18 'ਤੇ ਇਸ ਵਾਰ ਰਹਿਣਾ ਪਿਆ। ਜਿਹੜੇ ਬੁੱਧੀਜੀਵੀ ਨੇ, ਸਿਆਸੀ ਮਾਹਿਰ ਨੇ, ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਕਿ 4.25 ਲੱਖ ਕਰੋੜ ਕਰਜ਼ਾ ਚੜ੍ਹਨ ਦੀ ਵਜ੍ਹਾ ਕੀ ਆ ਔਰ ਇਹਦੇ ਪਿੱਛੇ ਕਾਰਨ ਕੀ ਰਹੇ। ਅਤੇ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਕਰਜ਼ਾ ਹੈਗਾ ਨਹੀਂ ਹੈਗਾ। ਹੁਣ ਠੀਕ ਹੈ, ਸਿਆਸੀ ਗੱਲਾਂ ਕਰਨ ਵਾਸਤੇ ਜੋ ਮਰਜ਼ੀ ਕਹਿ ਲੈਣ ਜਾਂ ਕਿਸੇ ਦੇ ਠੀਕਰਾ ਫੋੜ ਲੈਣ ਜਾਂ ਕਿਸੇ ਨੂੰ ਝੂਠ ਬੋਲ ਲੈਣ, ਲੇਕਿਨ ਲੋਕਾਂ ਨੇ ਇਹਨਾਂ ਚੀਜ਼ਾਂ ਨੂੰ ਮਾਫ਼ ਨਹੀਂ ਕਰਨਾ। ਤੁਸੀਂ ਕਿਹਾ ਸੀ ਕਿ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦੇਣਗੇ, ਲੋਕ ਕਹਿਣਗੇ ਦਿਓ। ਤੁਸੀਂ ਕਿਹਾ ਸੀ 20 ਲੱਖ ਯੂਥ ਨੂੰ ਨੌਕਰੀ ਦੇਣਗੇ, ਲੋਕ ਕਹਿਣਗੇ ਦਿਓ। ਡਰੱਗ ਮਾਮਲੇ ਦੇ ਲੋਕਾਂ ਨੂੰ ਸਜ਼ਾਵਾਂ ਦੇਣਗੇ, ਲੋਕ ਕਹਿਣਗੇ ਦਿਓ। ਮਾਫੀਆ ਰਾਜ ਤੁਹਾਡੇ ਮੁਤਾਬਕ ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੀ ਸੀਟ ਛੱਡਦੇ ਆ, ਜਾਣਸਾਰ ਕਹਿੰਦੇ ਆ ਕਿ ਸਾਡੇ ਆਪਣੇ ਵਿਧਾਇਕ ਬਹੁਤ ਸਾਰੇ ਨੇ ਜਿਹੜੇ ਰੇਤਾ ਮਾਫੀਆ ਦੇ ਵਿੱਚ ਇਨਵੋਲਵ ਨੇ। ਬਈ ਇਹਨਾਂ ਨੇ ਹੁਣ ਕਿਹਾ ਨਾ, ਸਾਰਿਆਂ ਨੂੰ ਵਾਅਦਾ ਕੀਤਾ ਹੈ ਨਾ ਕਿ ਬੰਦ ਕਰਨਗੇ, ਹੁਣ ਤਾਂ ਇਹਨਾਂ ਦੀ ਜ਼ਿੰਮੇਵਾਰੀ ਸਹੀ, ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਹੁਣ। ਸਤਿ ਸ਼੍ਰੀ ਅਕਾਲ, ਤੁਸੀਂ ਤਾਂ ਅਨਮਿਊਟ ਦੇਖ ਰਹੇ ਹੋ ਅਤੇ ਮੈਂ ਹਾਂ ਰਵੀ ਸੰਗਰਾਹੂਰ। ਆਮ ਆਦਮੀ ਪਾਰਟੀ ਨੇ ਪੰਜਾਬ 'ਚ ਸਰਕਾਰ ਬਣਾ ਲਈ ਔਰ 92 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਕਾਂਗਰਸ ਨੂੰ ਸੱਤਾ ਤੋਂ ਉਲਾਂਭੇ ਕਰ ਦਿੱਤਾ ਗਿਆ ਔਰ 18 ਸੀਟਾਂ ਕਾਂਗਰਸ ਦੇ ਹਿੱਸੇ ਆਈਆਂ। ਕਾਂਗਰਸ ਦਾ ਇਹ ਦਾਅਵਾ ਸੀ ਕਿ ਪੰਜਾਬ ਦੇ ਵਿੱਚ ਕੰਮ ਬਹੁਤ ਕੀਤੇ ਨੇ, ਖਾਸ ਕਰਕੇ ਉਸ ਦੌਰ ਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ। ਬਹੁਤ ਇਤਿਹਾਸਕ ਫੈਸਲੇ ਜਿਹੜੇ ਕਾਂਗਰਸ ਦੇ ਵੱਲੋਂ ਮੰਨੇ ਜਾਂਦੇ ਸੀ, ਜਿਨ੍ਹਾਂ ਦੇ ਵਿੱਚ ਬਿਜਲੀ ਦਾ ਸਸਤੀ ਹੋਣਾ ਔਰ ਰੇਤਾ ਦਾ ਮਾਮਲਾ ਜਿਹੜਾ ਸੀ ਉਹ ਵੀ ਕਾਂਗਰਸ ਦਾ ਕਹਿਣਾ ਸੀ ਕਿ ਮਸਲਾ ਹੱਲ ਕੀਤਾ, ਜਿੰਨਾ ਕੁ ਸਮਾਂ ਸੀ ਕੰਮ ਬਹੁਤ ਕੀਤੇ। ਮੇਰੇ ਨਾਲ ਇਸ ਵੇਲੇ ਡਾਕਟਰ ਰਾਜਕੁਮਾਰ ਵੇਰਕਾ ਨੇ, ਕੈਬਨਿਟ ਮੰਤਰੀ ਵੀ ਹੈਗੇ ਨੇ ਇਸ ਵੇਲੇ ਕਾਰਜਕਾਰੀ ਤੌਰ 'ਤੇ। ਡਾਕਟਰ ਸਾਹਿਬ, ਕੀ ਕਮੀਆਂ ਰਹਿ ਗਈਆਂ? ਕਾਂਗਰਸ ਦਾ ਦਾਅਵਾ ਸੀ, ਤੁਸੀਂ ਵੀ ਲਗਾਤਾਰ ਦਾਅਵਾ ਕਰਦੇ ਸੀ ਕਿ ਬਹੁਤ ਸਾਰੇ ਕੰਮ ਕੀਤੇ ਆ, ਲੋਕ ਭਰੋਸਾ ਕਰਨਗੇ, ਮੈਜੋਰਿਟੀ ਦੇ ਵਿੱਚ ਸਰਕਾਰ ਆਊਗੀ, ਕੀ ਲੱਗਦਾ ਕਿੱਥੇ ਕਮੀ ਰਹਿ ਗਈ? ਦੇਖੋ, ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਬਈ ਇਹਨਾਂ ਨੂੰ ਵੀ ਇੱਕ ਮੌਕਾ ਦੇ ਕੇ ਦੇਖ ਲੈਣਾ ਚਾਹੀਦਾ, ਔਰ ਅਸੀਂ ਲੋਕਾਂ ਦੇ ਭਰੋਸੇ ਦਾ ਸਤਿਕਾਰ ਕਰਦੇ ਹਾਂ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਇਹ ਜਿਹੜੀ ਸਾਡੀ ਸਰਕਾਰ ਹੈ ਪਿਛਲੀ, ਉਹਦੀਆਂ ਜਿਹੜੀਆਂ ਕਮੀਆਂ ਰਹੀਆਂ ਹੋਣਗੀਆਂ ਔਰ ਉਹਨੂੰ ਠੀਕ ਕਰੇਗੀ ਨਵੀਂ ਸਰਕਾਰ, ਉਹ ਉਮੀਦ ਅਸੀਂ ਕਰਦੇ ਹਾਂ, ਔਰ ਆਪਣੇ ਕੀਤੇ ਹੋਏ ਵਾਅਦੇ ਜਿਹੜੇ ਉਹਨਾਂ ਦੇ ਹੈ ਉਹ ਪੂਰੇ ਕਰਨਗੇ। ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ 20 ਲੱਖ ਲੋਕਾਂ ਨੂੰ ਨੌਕਰੀਆਂ ਦਿਆਂਗਾ, ਇਹ ਉਹਨਾਂ ਦਾ ਨਾਰਾ ਸੀਗਾ। ਉਹਨਾਂ ਨੇ ਹਰ ਮਹਿਲਾ ਨੂੰ 1000 ਰੁਪਈਆ ਮਹੀਨਾ ਦੇਣ ਦਾ ਵਾਅਦਾ ਕੀਤਾ ਸੀਗਾ ਔਰ ਯੂਥ ਨੂੰ ਮੰਗਿਆਈ ਪੱਤਾ। ਅਸੀਂ ਉਮੀਦ ਕਰਦੇ ਹਾਂ ਕਿ ਇਹ ਕੰਮ ਜਿਹੜੇ ਹੈ ਉਹ ਪਹਿਲੀ ਕੈਬਨਿਟ ਤੋਂ ਹੀ ਇਹ ਸ਼ੁਰੂਆਤ ਹੋ ਜਾਏਗੀ ਔਰ ਭਗਵੰਤ ਮਾਨ ਜੀ ਪੰਜਾਬ ਦੇ ਜੰਮਪਲ ਹੈ, ਪੰਜਾਬ ਦੀ ਤਕਲੀਫ ਨੂੰ ਸਮਝਦੇ ਹੈ ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਗੇ ਅਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਨਗੇ। ਮੈਂ ਇਹਦੇ ਇਹ ਪੁੱਛਿਆ ਸੀ ਕਿ ਕਮੀ ਕਿੱਥੇ ਰਹਿ ਗਈ ਸੀਗੀ, ਕਮੀਆਂ ਤੁਸੀਂ ਕਿਹਾ ਰਹਿ ਗਈਆਂ ਹੋਣਗੀਆਂ, ਪਰ ਜ਼ਾਹਿਰ ਤੌਰ 'ਤੇ ਬਹੁਤ ਜ਼ਿਆਦਾ ਕਮੀਆਂ ਲੋਕਾਂ ਨੇ ਤੁਹਾਡੇ 'ਚ ਦੇਖ ਲਈਆਂ ਕਿ ਸਿਰਫ 18 ਸੀਟਾਂ ਹੈ, ਇਹ ਤੋਂ ਬਿਨਾਂ ਪਿਛਲੀ ਤੁਹਾਡੀ ਸਰਕਾਰ ਬਣਦੀ ਆਮ ਆਦਮੀ ਪਾਰਟੀ 20 ਸੀਟਾਂ ਲੈ ਕੇ ਜਾਂਦੀ ਆ, ਤੁਹਾਨੂੰ ਸਿਰਫ 18 'ਤੇ ਇਸ ਵਾਰ ਰਹਿਣਾ ਪਿਆ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਬਈ ਜਦੋਂ ਲੋਕ ਫਤਵਾ ਦੇ ਦੇਣ ਉਦੋਂ ਫਿਰ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ। ਅਸੀਂ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਦੇ ਹਾਂ ਔਰ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਜਿਹੜੇ ਭਰੋਸੇ ਦੇ ਨਾਲ ਲੋਕਾਂ ਨੇ ਨਵੀਂ ਸਰਕਾਰ ਨੂੰ ਚੁਣਿਆ ਹੈ, ਅਸੀਂ ਚਾਹਵਾਂਗੇ ਕਿ ਉਹ ਆਪਣਾ ਭਰੋਸਾ ਜਿਹੜਾ ਹੈ ਲੋਕਾਂ ਦਾ ਉਹ ਜਿੱਤਣ, ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ। ਅਸੀਂ, ਸਾਡਾ ਪੂਰਾ ਸਹਿਯੋਗ ਹੈ ਸਰਕਾਰ ਨੂੰ ਔਰ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੇ ਭਰੋਸਾ ਕੀਤਾ ਉਹਨਾਂ 'ਤੇ, ਇਸ ਲਈ ਸਾਨੂੰ ਵੀ ਭਰੋਸਾ ਉਹਨਾਂ 'ਤੇ ਕਰਨਾ ਚਾਹੀਦਾ ਔਰ ਸਾਨੂੰ, ਅਸੀਂ ਵਾਚ ਕਰਾਂਗੇ ਇਹਨਾਂ ਚੀਜ਼ਾਂ ਨੂੰ, ਅਸੀਂ ਪਹਿਰਾ ਦੇਵਾਂਗੇ ਉਹਨਾਂ ਗੱਲਾਂ ਦੇ ਉੱਪਰ ਕੀ ਸਰਕਾਰ ਨੇ ਜਿਹੜੇ ਕੀਤੇ ਕੰਮ ਹੈ ਉਹ ਪੂਰੇ ਕਰਨ, ਜਿਹੜੇ ਸਰਕਾਰ ਚੰਗੇ ਕੰਮ ਕਰੇਗੀ ਅਸੀਂ ਤਾਰੀਫ ਕਰਾਂਗੇ ਔਰ ਜਿਹੜੇ ਕੰਮ ਜਿਹੜੇ ਆ ਉਹ ਕਮੀਆਂ ਰਹਿਣਗੀਆਂ ਅਸੀਂ ਲੋਕਾਂ ਦੇ ਸਾਹਮਣੇ ਗੱਲ ਨੂੰ ਲੈ ਕੇ ਵੀ ਆਵਾਂਗੇ। ਚੈਲੇਂਜਸ ਕੀ ਮੰਨਦੇ ਹੋ ਆਮ ਆਦਮੀ ਪਾਰਟੀ ਦੇ ਸਾਹਮਣੇ? ਤੁਸੀਂ ਸਰਕਾਰ ਦਾ ਹਿੱਸਾ ਰਹੇ, ਤੁਹਾਡੇ ਕੋਲ ਵੱਡਾ ਅਹੁਦਾ ਰਿਹਾ ਔਰ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਪੰਜਾਬ ਦੇ ਵਿੱਚ ਸੱਤਾ ਸੰਭਾਲਣੀ ਆ, ਪੰਜਾਬ 4.25 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ। ਇੱਥੋਂ ਤੱਕ ਕਿ ਜਿਹੜੇ ਬੁੱਧੀਜੀਵੀ ਨੇ, ਸਿਆਸੀ ਮਾਹਿਰ ਨੇ, ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਕਿ 4.25 ਲੱਖ ਕਰੋੜ ਕਰਜ਼ਾ ਚੜ੍ਹਨ ਦੀ ਵਜ੍ਹਾ ਕੀ ਆ ਔਰ ਇਹਦੇ ਪਿੱਛੇ ਕਾਰਨ ਕੀ ਰਹੇ। ਦੂਜਾ, ਬੇਰੁਜ਼ਗਾਰੀ ਬਹੁਤ ਵੱਡੇ ਪੱਧਰ 'ਤੇ ਹੈ,
ਮਾਫੀਆ ਜਿਹੜਾ ਰਾਜ ਹੈ ਉਹ ਬੰਦ ਨਹੀਂ ਹੋਇਆ, ਇਹ ਆਮ ਆਦਮੀ ਪਾਰਟੀ ਵੀ ਕਹਿੰਦੀ ਹੈ। ਚੈਲੰਜਸ ਕੀ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਹੱਲ ਕਰ ਸਕਦੀ ਉਹਨਾਂ ਦਾ, ਤੁਹਾਡੀ ਸਰਕਾਰ ਨਹੀਂ ਕਰ ਸਕਦੀ? ਲੋਕਾਂ ਨੇ, ਮੈਂ ਤੁਹਾਨੂੰ ਇਹ ਕਿਹਾ ਕਿ ਉਹਨਾਂ 'ਤੇ ਭਰੋਸਾ ਜਤਾਇਆ ਹੈ ਨਾ, ਇਹਨਾਂ ਮਸਲੇ ਨੂੰ ਹੱਲ ਕਰਨ ਵਾਸਤੇ ਭਰੋਸਾ ਜਤਾਇਆ, ਔਰ ਆਮ ਆਦਮੀ ਪਾਰਟੀ ਨੇ ਸੋਚ ਸਮਝ ਕੇ ਹੀ ਇਹ ਸਾਰੀਆਂ ਚੀਜ਼ਾਂ ਦੇ ਵਾਅਦੇ ਕੀਤੇ ਹੈ, ਅਤੇ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਕਰਜ਼ਾ ਹੈਗਾ ਹੈ ਨਹੀਂ ਹੈਗਾ। ਹੁਣ ਠੀਕ ਹੈ, ਸਿਆਸੀ ਗੱਲਾਂ ਕਰਨ ਵਾਸਤੇ ਜੋ ਮਰਜ਼ੀ ਕਹਿ ਲੈਣ ਜਾਂ ਕਿਸੇ ਦੇ ਠੀਕਰਾ ਫੋੜ ਲੈਣ ਜਾਂ ਕਿਸੇ ਨੂੰ ਝੂਠ ਬੋਲ ਲੈਣ, ਲੇਕਿਨ ਲੋਕਾਂ ਨੇ ਇਹਨਾਂ ਚੀਜ਼ਾਂ ਨੂੰ ਮਾਫ਼ ਨਹੀਂ ਕਰਨਾ। ਲੋਕ ਇਹ ਨਹੀਂ ਦੇਖਦੇ, ਲੋਕ ਕਹਿੰਦੇ ਕਿ ਤੁਸੀਂ ਜੋ ਕਿਹਾ ਸੀ ਉਹ ਕਰੋ, ਲੋਕਾਂ ਦਾ ਕੁਛ ਨਹੀਂ ਵਾਸਤਾ ਇਹਨਾਂ ਗੱਲਾਂ ਦਾ। ਲੋਕ ਕਹਿਣਗੇ ਕਿ ਯੂਥ ਨੂੰ ਤੁਸੀਂ ਕਿਹਾ ਕਿ ਅਸੀਂ ਮਹਿੰਗਾਈ ਪੱਤਾ ਦੇਵਾਂਗੇ, ਉਹ ਕਹਿਣਗੇ ਦਿਓ। ਤੁਸੀਂ ਕਿਹਾ ਸੀ ਕਿ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦੇਣਗੇ, ਲੋਕ ਕਹਿਣਗੇ ਦਿਓ। ਤੁਸੀਂ ਕਿਹਾ ਸੀ 20 ਲੱਖ ਯੂਥ ਨੂੰ ਨੌਕਰੀ ਦੇਣਗੇ, ਲੋਕ ਕਹਿਣਗੇ ਦਿਓ। ਇਹ ਲੋਕਾਂ ਦੇ ਮਸਲੇ ਹੈ। ਤੁਸੀਂ ਕਿਹਾ ਸੀ ਅਸੀਂ ਰੇਤਾ ਡਰੱਗ ਮਾਮਲੇ ਦੇ ਲੋਕਾਂ ਨੂੰ ਸਜ਼ਾਵਾਂ ਦੇਣਗੇ, ਲੋਕ ਕਹਿਣਗੇ ਦਿਓ। ਅਸੀਂ ਸਹਿਯੋਗ ਕਰਾਂਗੇ, ਅਸੀਂ ਕਹਿਣਗੇ ਅਸੀਂ ਚਾਹੁੰਦੇ ਹਾਂ ਕੋਈ ਦੇਣ, ਵਾਅਦੇ ਪੂਰੇ ਕਰਨ, ਅਸੀਂ ਬਿਲਕੁਲ ਉਹਨੂੰ ਸ਼ਾਬਾਸ਼ੀ ਦੇਵਾਂਗੇ, ਉਹਨਾਂ ਦਾ ਸਾਥ ਦੇਵਾਂਗੇ। ਨਵਜੋਤ ਸਿੰਘ ਸਿੱਧੂ ਨੇ ਆਉਣ ਸਾਰੀ ਅਸਤੀਫਾ ਦਿੱਤਾ, ਕਹਿੰਦੇ ਅਸਤੀਫਾ ਦਿੰਦਾ ਕਿਉਂਕਿ ਅਸੀਂ ਜਿੱਤ ਨਹੀਂ ਸਕੇ। ਦੂਜਾ, ਉਹਨਾਂ ਨੇ ਆਉਣ ਸਾਰੀ ਪ੍ਰੈਸ ਕਾਨਫਰੰਸ ਕਰਤੀ, ਕਹਿੰਦੇ ਜੀ ਚਰਨਜੀਤ ਸਿੰਘ ਚੰਨੀ ਇਹਦਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਇਹ ਹਾਲ ਹੋਇਆ। ਦੇਖੋ, ਪਾਰਟੀ ਪਲੇਟਫਾਰਮ 'ਤੇ ਸਾਰੀਆਂ ਗੱਲਾਂ ਨੂੰ ਮੰਥਨ ਕਰੇਗੀ, ਕੀ ਕਮੀਆਂ ਰਹਿ ਗਈਆਂ, ਕਿਹਦੇ 'ਚ ਕਮੀਆਂ ਰਹਿ ਗਈਆਂ, ਇਹਨਾਂ ਸਾਰਿਆਂ ਨੂੰ ਮੰਥਨ ਕਰਾਂਗੇ। ਇਹ ਸਾਰੇ ਮਾਮਲੇ ਪਾਰਟੀ ਪਲੇਟਫਾਰਮ ਤੋਂ ਵਿਚਾਰਨ ਦੇ ਆ, ਔਰ ਅਸੀਂ ਉੱਥੇ ਹੀ ਵਿਚਾਰ ਕਰਾਂਗੇ। ਉਹ ਇਲਜ਼ਾਮ ਲਾ ਰਹੇ ਨੇ ਸਿੱਧੇ ਤੌਰ 'ਤੇ ਚਰਨਜੀਤ ਸਿੰਘ ਚੰਨੀ ਦਾ, ਚਰਨਜੀਤ ਸਿੰਘ ਚੰਨੀ ਦੋ ਆਪਣੀਆਂ ਦੋਵੇਂ ਸੀਟਾਂ ਹਾਰ ਜਾਂਦੇ। ਮੈਂ ਕਹਿੰਦਾ ਪਾਰਟੀ ਦਾ ਮਾਮਲਾ ਹੈ, ਪਾਰਟੀ ਪਲੇਟਫਾਰਮ 'ਤੇ ਹੀ ਵਿਚਾਰਾਂਗੇ ਜੀ। ਤਾਂ ਆਖਿਰ 'ਤੇ ਮਾਫੀਆ ਰਾਜ, ਤੁਹਾਡੇ ਮੁਤਾਬਕ ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੀ ਸੀਟ ਛੱਡਦੇ ਆ, ਜਾਣਸਾਰ ਕਹਿੰਦੇ ਆ ਕਿ ਸਾਡੇ ਆਪਣੇ ਵਿਧਾਇਕ ਬਹੁਤ ਸਾਰੇ ਨੇ ਜਿਹੜੇ ਰੇਤਾ ਮਾਫੀਆ ਦੇ ਵਿੱਚ ਇਨਵੋਲਵ ਨੇ, ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਹਲੇ ਵੀ ਚੱਲ ਰਹੀਆਂ ਸੀ ਤੁਹਾਡੀ ਸਰਕਾਰ 'ਚ? ਮੈਂ ਤੁਹਾਨੂੰ ਕੀ ਕਹਿਣ ਡਿਆ, ਬਈ ਇਹਨਾਂ ਨੇ ਹੁਣ ਕਿਹਾ ਨਾ, ਸਾਰਿਆਂ ਨੂੰ ਵਾਅਦਾ ਕੀਤਾ ਹੈ ਨਾ ਕਿ ਬੰਦ ਕਰਨਗੇ, ਹੁਣ ਤਾਂ ਇਹਨਾਂ ਦੀ ਜ਼ਿੰਮੇਵਾਰੀ ਸਹੀ, ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਹੁਣ। ਇਹ ਜਿਨ੍ਹਾਂ ਦੀ ਜ਼ਿੰਮੇਵਾਰੀ, ਉਹਨਾਂ ਕੋਲ ਸਵਾਲ ਪੁੱਛੋ, ਉਹਨਾਂ ਕੋਲ ਜਵਾਬ ਲਓ, ਉਹ ਕਰਨਗੇ। ਤੁਸੀਂ ਕਹਿੰਦੇ ਹੋ ਤੁਹਾਡੀ ਸਰਕਾਰ 'ਚ ਹੈ ਨਹੀਂ ਸੀ, ਬਈ ਗੱਲ ਨਹੀਂ ਸਮਝਦੇ ਪਏ। ਮੈਂ ਤੁਹਾਨੂੰ ਇਹ ਕੀ ਕਿਹਾ, ਬਈ ਹੁਣ ਸਰਕਾਰ ਆ ਗਈ ਹੈ ਨਾ, ਜਿਹੜੇ ਲੋਕ ਸਵਾਲ ਪੁੱਛਦੇ ਆ ਸਾਨੂੰ, ਹੁਣ ਉਹਨਾਂ ਨੂੰ ਸਵਾਲ ਪੁੱਛਣਗੇ ਨਾ, ਉਹ ਜਵਾਬ ਦੇਣਗੇ, ਉਹੀ ਕਹਾਂਗੇ ਬੰਦ ਕਰੋ, ਅਸੀਂ ਉਹਨਾਂ ਦੇ ਨਾਲ ਹੈ, ਅਸੀਂ ਸਹਿਯੋਗ ਕਰਾਂਗੇ। ਧੰਨਵਾਦ। ਇਹ ਸਨ ਡਾਕਟਰ ਰਾਜਕੁਮਾਰ ਵੇਰਕਾ। ਸਿੱਧੇ ਤੌਰ 'ਤੇ ਕਹਿੰਦੇ ਨੇ ਕਿ ਜੇਕਰ ਸਾਡੀ ਸਰਕਾਰ ਦੇ ਵਿੱਚ ਕਮੀਆਂ ਰਹੀਆਂ ਸੀ ਤਾਂ ਲੋਕਾਂ ਨੇ ਦੂਜੀ ਪਾਰਟੀ ਨੂੰ ਮੌਕਾ ਦਿੱਤਾ, ਹੁਣ ਜਿਹੜੇ ਚੈਲੰਜ ਨੇ ਇਹ ਆਮ ਆਦਮੀ ਪਾਰਟੀ ਕਿਸ ਤਰੀਕੇ ਕਬੂਲ ਕਰਦੀ ਹੈ ਔਰ ਉਹਨਾਂ ਨੂੰ ਹੱਲ ਕਰਦੀ ਹੈ, ਦੇਖਣਾ ਲਾਜ਼ਮੀ ਰਹੇਗਾ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਚੰਡੀਗੜ੍ਹ।